ਸਲਿੱਪ ਵੀ ਕਟਾ ਲਈ ਅਤੇ ਕਰੰਸੀ ਵੀ ਚੇਂਜ ਕਰਾ ਲਈ। ਇਮੀਗ੍ਰੇਸ਼ਨ ਮਿੰਟਾਂ ਸਕਿੰਟਾਂ 'ਚ ਹੋ ਗਈ ਅਤੇ ਆਹ ਇੱਦਾਂ ਸਲਿੱਪ 'ਤੇ ਉਹਨਾਂ ਨੇ ਲਗਾਈ ਹੋਈ ਆ ਮੋਹਰ, ਪਾਸਪੋਰਟ 'ਤੇ ਕੋਈ ਮੋਹਰ ਨਹੀਂ ਲੱਗਦੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਅਗੇਨ। ਅਤੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਅਤੇ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਜੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ, ਜੋ ਕਿ ਪਾਕਿਸਤਾਨ 'ਚ ਆ ਜੀ। ਇਸ ਟਾਈਮ ਮੈਂ ਹੈਗਾ ਜੀ ਕਰਤਾਰਪੁਰ ਕੋਰੀਡੋਰ ਪੁੱਜ ਗਿਆ ਇਸ ਟਾਈਮ, ਅਤੇ ਹੁਣ ਤੁਹਾਨੂੰ ਇਮੀਗ੍ਰੇਸ਼ਨ ਤੋਂ ਬਾਅਦ ਦੂਸਰੀ ਸਾਈਡ ਦਰਸ਼ਨ ਕਰਾਉਣ ਲੈ ਕੇ ਜਾਵਾਂਗਾ। ਅਤੇ ਇਹ ਮੇਰੀ ਹੁਣ ਤੱਕ ਦੀ ਤੀਸਰੀ ਵਿਜ਼ਿਟ ਆ, ਮੈਂ ਤੀਜੀ ਵਾਰ ਦਰਸ਼ਨ ਕਰਨ ਜਾ ਰਿਹਾ ਗੁਰਦੁਆਰਾ ਸਾਹਿਬ ਦੇ। ਮੈਂ ਕਿੱਥੇ ਚੱਲਿਆ ਸੀ ਅੱਜ? ਗੁਰਦੁਆਰਾ ਚੱਲੇ, ਗੋਲਡਨ ਟੈਂਪਲ ਉੱਥੇ ਵੀ ਜਾਵਾਂਗੇ। ਇਹ ਹੋਰ ਗੁਰਦੁਆਰਾ, ਹਾਂ ਦ ਬਿਗ। ਐਕਸਾਈਟਿਡ ਆ ਤੂੰ? ਕੁਛ ਨਹੀਂ, ਇਹ ਕੋਰੀਡੋਰ ਆ, ਇੱਥੋਂ ਫਿਰ ਸਾਡੀ ਇਮੀਗ੍ਰੇਸ਼ਨ ਹੋਣੀ, ਉਹਨਾਂ ਨੇ ਚੈਕਿੰਗ ਕਰਕੇ ਭੇਜ ਦੇਣਾ ਅੱਗੇ। ਹਾਂ ਬਸ, ਵੈਲਕਮ, ਬਸ ਆਉਣੀ ਆ, ਬਸ 'ਤੇ ਚੱਲ ਜਾਣਾ ਸੀ। ਮੈਨੂੰ ਕਾਰ ਵੱਲ ਦੁਬਾਰਾ ਵਾਪਸ ਆਉਣਾ ਪੈ ਰਿਹਾ ਕਿਉਂਕਿ ਮੇਰੇ ਕੋਲ ਵਾਲਟ 'ਚ ਦੂਸਰੇ ਦੇਸ਼ਾਂ ਦੀ ਕਰੰਸੀ ਆ ਅਤੇ ਉੱਥੇ ਅਲਾਊਡ ਨਹੀਂ ਆ। ਓਕੇ, ਅਤੇ ਇਹ ਜ਼ਰੂਰ ਨੋਟ 'ਤੇ ਰੱਖਿਓ ਕਿ ਸਿਰਫ ਅਮੈਰੀਕਨ ਡੋਲਰ ਅਤੇ ਇੰਡੀਅਨ ਕਰੰਸੀ ਉੱਥੇ ਅਲਾਊਡ ਆ, ਹੋਰ ਕੋਈ ਕਰੰਸੀ ਤੁਸੀਂ ਲੈ ਕੇ ਨਹੀਂ ਜਾ ਸਕਦੇ ਆ। ਅਤੇ ਹੁਣ ਇਸ ਤੋਂ ਬਾਅਦ ਪੋਲੀਓ ਡ੍ਰੋਪ ਇੱਕ ਵਾਰ ਫਿਰ ਪੀਣੀ ਪਊਗੀ ਕਿਉਂਕਿ ਪਾਕਿਸਤਾਨ ਪੋਲੀਓ ਫ੍ਰੀ ਨਹੀਂ ਆ, ਇਸ ਲਈ ਉੱਥੇ ਜਾਣ ਨੂੰ ਪੋਲੀਓ ਟਿਊਬ ਲੈਣੀ ਪੈਂਦੀ ਆ। ਇਮੀਗ੍ਰੇਸ਼ਨ ਅਤੇ ਵੈਕਸੀਨੇਸ਼ਨ ਹੋ ਗਈ ਆ, ਹੁਣ ਅਸੀਂ ਜਾ ਰਹੇ ਹਾਂ ਜੀ ਬਾਰਡਰ ਵੱਲ। ਸਤਿ ਸ਼੍ਰੀ ਅਕਾਲ ਜੀ, ਨਿਆ ਲੋਕ ਕੀ ਲਿਖਿਆ ਬਾਬਾ ਜੀ ਦਾ ਨਾਮ ਕੀ ਹੈ? ਬਾਬਾ ਜੀ ਦੇ ਗੁਰਦੁਆਰੇ ਜਾਣਾ ਸੀ ਹੁਣ? ਚਾਚਾ ਉਹ ਭਤੀਜਾ, ਬਾਬਾ ਜੀ ਦੇ ਗੁਰਦੁਆਰੇ ਜਾਣਾ। ਐਕਸਾਈਟਿਡ ਆ ਤੂੰ? ਹੈਂ ਕਿੰਨਾ? ਬਹੁਤ ਜ਼ਿਆਦਾ। ਉੱਥੇ ਬੈਠਣਾ ਚਾਹੁੰਦਾ ਤੂੰ? ਚੱਲ ਬਹਿ ਜਾ, ਚੱਲ ਚੱਲ ਜਾ। ਹੁਣ ਇਸ ਜਗ੍ਹਾ 'ਤੇ ਅਸੀਂ ਦੇਣੇ ਆ ਜੀ $20 ਦੇ ਕੇ ਅਤੇ ਅੱਗੇ ਇਮੀਗ੍ਰੇਸ਼ਨ ਕਰਾਉਣ ਜਾਣੇ ਆ। ਸਲਿੱਪ ਵੀ ਕਟਾ ਲਈ ਅਤੇ ਕਰੰਸੀ ਵੀ ਚੇਂਜ ਕਰਾ ਲਈ, ਜੇ ਉੱਧਰ ਕੋਈ ਸ਼ੋਪਿੰਗ ਕਰਨੀ ਹੈ ਜਾਂ ਫਿਰ ਮੱਥਾ ਟੇਕਣਾ, ਉਹਦੇ ਲਈ ਪਾਕਿਸਤਾਨੀ ਹੁਣ ਕਰੰਸੀ ਜ਼ਰੂਰੀ ਆ।
500 ਰੁਪਏ ਦੇ 1400 ਰੁਪਇਆ ਮਿਲ ਰਿਹਾ ਇੱਥੇ। ਆ ਹੈਗਾ ਪਾਕਿਸਤਾਨ ਇਮੀਗ੍ਰੇਸ਼ਨ, ਸਕਿੰਟਾ 'ਚ ਹੀ ਇਮੀਗ੍ਰੇਸ਼ਨ ਹੋ ਗਈ ਅਤੇ ਉਹਨਾਂ ਨੇ ਆਹ ਲਿਖਿਆ, ਆਹ ਸਟੈਂਪ ਲਗਾਈ। ਪਾਸਪੋਰਟ 'ਤੇ ਕੋਈ ਸਟੈਂਪ ਨਹੀਂ ਲੱਗਦੀ, ਜਿਹੜੀ ਸਲਿੱਪ ਦਿੱਤੀ ਹੁੰਦੀ ਹੈ ਨਾ $20 ਦੀ ਉਸ 'ਤੇ ਲੱਗਾ ਹੁੰਦਾ ਬਸ। ਸੈਕਿੰਡ ਸੀ ਇੱਧਰ ਇਮੀਗ੍ਰੇਸ਼ਨ ਹੋ ਗਈ। ਆਈ ਡੀ ਕਾਰਡ ਸਾਨੂੰ ਆ ਦੇ ਦਿੱਤੇ ਆ, ਗੱਲ 'ਚ ਪਾ ਕੇ ਜਾਣੇ ਆ ਅਤੇ ਜਿੰਨੇ ਟਾਈਮ ਵੀ ਅਸੀਂ ਉੱਧਰ ਰਹਿਣਾ ਇਹ ਗੱਲ ਦੇ ਵਿੱਚ ਹੋਣਾ ਚਾਹੀਦਾ ਜ਼ਰੂਰੀ। ਉਹ ਬੱਸ ਸਾਡੀ ਤੁਰ ਪਈ ਆ। ਵੈਦਰ ਅੱਜ ਥੋੜ੍ਹਾ ਠੀਕ ਆ, ਬੱਦਲ ਬੱਦਲ ਹੋਇਆ ਪਿਆ ਵਾ ਅਤੇ ਧੁੱਪ ਅਜੇ ਨਿਕਲੀ ਨਹੀਂ ਆ, ਬਟ ਹਿਊਮਿਡਿਟੀ ਥੋੜ੍ਹੀ ਹੈਗੀ ਆ। ਦੇਖੋ ਮੀਂਹ ਦੇ ਆਸਾਰ ਹੈਗੇ ਆ, ਮੀਂਹ ਪੈ ਜਾਵੇ। ਲਓ ਜੀ ਇਸ ਸਾਈਡ 'ਤੇ ਹੁਣ ਬੱਸ ਆ ਗਈ ਆ। ਅਤੇ ਅੰਦਰ ਪੁੱਜਦੇ ਸਾਰ ਰਾਈਟ ਸਾਈਡ 'ਤੇ ਜੋੜਾ ਘਰ ਆ, ਉਹ ਸਾਹਮਣੇ ਆ ਲੰਗਰ ਲਈ ਜੋ ਵੀ ਅਸੀਂ ਸੇਵਾ ਕਰਨੀ ਆ ਉੱਥੇ ਲੰਗਰ ਲਈ ਸੇਵਾ ਕਰ ਸਕਦੇ ਹਾਂ। ਅਤੇ ਇਸ ਵਾਰ ਅਸੀਂ ਘਰੋਂ ਦਾਲਾਂ ਅਤੇ ਕੁਛ ਹੋਰ ਸਮਾਨ ਲੈ ਕੇ ਆਏ ਹਾਂ, ਆਟਾ ਲੈ ਕੇ ਆਏ ਹਾਂ, ਅਤੇ ਤੁਸੀਂ ਵੀ ਇੱਥੇ ਲਿਆ ਸਕਦੇ ਹਾਂ, ਕੋਈ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆ, ਲਿਆ ਸਕਦੇ ਹਾਂ। ਅਤੇ ਅੱਗੇ ਜਦੋਂ ਅਸੀਂ ਅੰਦਰ ਆ ਕੇ ਲੈਫਟ ਹੋਈਦਾ, ਲੈਫਟ ਹੋਣ ਤੋਂ ਬਾਅਦ ਦੇਖੋ ਦ੍ਰਿਸ਼। ਤੀਜੀ ਵਾਰ ਆਇਆ ਮੈਂ ਅਤੇ ਇੱਥੇ ਆ ਕੇ ਅਲੱਗ ਜਿਹਾ ਹੀ ਸਕੂਨ ਆ, ਮਨ ਨੂੰ ਸਕੂਨ ਮਿਲਦਾ ਇਸ ਜਗ੍ਹਾ 'ਤੇ ਆ ਕੇ। ਐਕਸਾਈਟਮੈਂਟ ਜਿੱਦਾਂ ਪਹਿਲੀ ਵਾਰ ਸੀਗੀ ਉੱਦਾਂ ਹੀ ਬਣੀ ਰਹਿੰਦੀ ਆ, ਹਮੇਸ਼ਾ ਦੀ ਵਾਰ ਇੱਦਾਂ ਹੀ ਸੇਮ ਹੀ ਐਕਸਾਈਟਮੈਂਟ ਬਣੀ ਰਹਿੰਦੀ ਆ। ਅਤੇ ਜਦੋਂ ਗੁਰਦੁਆਰਾ ਸਾਹਿਬ 'ਚ ਅਸੀਂ ਐਂਟਰ ਹੁੰਦੇ ਹਾਂ ਅਤੇ ਉੱਥੇ ਵੈਲਕਮ ਕਰਨ ਲਈ ਆਉਂਦੇ ਆ ਅਤੇ ਕੁਛ ਇੰਸਟਰਕਸ਼ਨਸ ਦਿੰਦੇ ਆ ਅਤੇ ਉਹਦੇ ਵਿੱਚ ਦੱਸਦੇ ਕਿੱਥੇ ਕਿੱਥੇ ਕੀ ਆ, ਤੁਸੀਂ ਕੀ ਦੇਖ ਸਕਦੇ, ਕਿੱਥੇ ਦਰਸ਼ਨ ਕਰਨੇ ਆ, ਅਤੇ ਸਭ ਕੁਛ ਉਹ ਦੱਸਦੇ ਆ। ਅਤੇ ਈਵਨ ਸਾਨੂੰ ਟਾਈਮਿੰਗ ਉਹਨਾਂ ਨੇ ਦਿੱਤੀ ਆ 4 ਵਜੇ ਦੀ, 4 ਵਜੇ ਆਪਾਂ ਇੱਥੋਂ ਜਾਣਾ, ਉਹਨਾਂ ਨੇ 4 ਵਜੇ ਦੀ ਟਾਈਮਿੰਗ ਦਿੱਤੀ ਸੀ। ਪਹਿਲਾਂ ਤਾਂ 5-6 ਵੀ ਵੱਜ ਜਾਂਦੇ ਹੁੰਦੇ ਸੀਗੇ, ਮੇ ਬੀ ਰੂਲਸ ਚੇਂਜ ਹੁੰਦੇ ਰਹਿੰਦੇ ਉਹਦੇ ਅਕੋਰਡਿੰਗ ਕਰਦੇ ਹੈ।
ਅਤੇ ਹੁਣ ਅਸੀਂ ਜਾਵਾਂਗੇ ਸਰੋਵਰ ਵੱਲ ਅਤੇ ਪਹਿਲਾਂ ਇਸ਼ਨਾਨ ਕਰਾਂਗੇ। ਇਹ ਜੀ ਹੈਗਾ ਜੀ ਸਰੋਵਰ ਗੁਰਦੁਆਰਾ ਸਾਹਿਬ ਜੀ ਦਾ, ਅਤੇ ਆਪਾਂ ਹੁਣ ਇਸ਼ਨਾਨ ਕਰਕੇ ਇਸ ਤੋਂ ਬਾਅਦ ਦਰਸ਼ਨ ਅੰਦਰ ਕਰਨ ਜਾਵਾਂਗੇ ਜੀ ਗੁਰਦੁਆਰਾ ਸਾਹਿਬ ਦੇ। ਅਤੇ ਦੂਸਰੀ ਸਾਈਡ ਖੂਹ ਆ ਜਿੱਥੋਂ ਬਾਬਾ ਜੀ ਆਪਣੇ ਜੀਵਨ ਵਿੱਚ ਖੂਹ ਦਾ ਇਸਤੇਮਾਲ ਕੀਤਾ ਜਾਂਦਾ ਸੀ। ਦੇਖੀ ਉਸੇ ਖੂਹ ਦਾ ਪਾਣੀ ਇੱਧਰ ਆਉਂਦਾ ਸਰੋਵਰ 'ਚ, ਮੈਂ ਤੁਹਾਨੂੰ ਖੂਹ ਵੀ ਦਿਖਾਉਣਾ ਉਹ ਥੋੜ੍ਹੀ ਦੇਰ ਤੱਕ। ਹਾਂਜੀ ਇਸ਼ਨਾਨ ਕਰ ਲਿਆ ਅਤੇ ਅਸੀਂ ਪਹਿਲਾਂ ਹੁਣ ਲੰਗਰ ਛਕਾਂਗੇ, ਲੰਗਰ ਛਕਣ ਤੋਂ ਬਾਅਦ ਫਿਰ ਆਪਾਂ ਦਰਸ਼ਨ ਕਰਾਂਗੇ ਜੀ। ਆਲਰੇਡੀ ਦੋ ਵੀਡੀਓ ਇੱਥੇ ਪਾ ਚੁੱਕਾ ਹਾਂ, ਪਹਿਲਾਂ ਜਦੋਂ ਮੈਂ ਵਿਜ਼ਿਟ ਕੀਤਾ ਸੀ ਉਹ ਵੀ ਅਪਲੋਡਡ ਆ। ਅਤੇ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਹਾਂ ਘਰ ਬੈਠੇ ਬਿਨਾਂ ਕਿਸੇ ਪੈਸੇ ਦੇ, ਸਿਰਫ $20 ਦੀ ਲੋੜ ਹੁੰਦੀ ਆ, ਹੋਰ ਕੁਛ ਨਹੀਂ ਲੋੜ ਇੱਥੇ। ਅਤੇ ਉਹ ਵੀ ਮੈਂ ਡਿਸਕ੍ਰਿਪਸ਼ਨ ਦੇ ਥੱਲੇ ਪਾ ਦੂੰਗਾ ਲਿੰਕ 'ਚ ਕਿ ਕਿੱਦਾਂ ਤੁਸੀਂ ਅਪਲਾਈ ਕਰਕੇ ਆ ਸਕਦੇ ਆ ਇੱਥੇ। ਅੱਛਾ ਜੀ, ਮਸਾਲੇ ਸਬਜ਼ੀ ਠੀਕ ਹੈ ਜੀ, ਆਇਲ ਵਗੈਰਾ ਅੱਛਾ ਜੀ, ਬਹੁਤ ਜ਼ਿਆਦਾ ਹੋ ਗਈ ਹੈ। ਅੱਛਾ ਜੀ, ਹਾਂਜੀ ਕਹਿੰਦੇ ਕੋਈ ਵੀ ਸੰਗਤ ਆਵੇ ਇੱਥੇ ਹਰੀਆਂ ਸਬਜ਼ੀਆਂ ਲਿਆਉਣ। ਇੰਡੀਆ ਤੋਂ ਤੁਸੀਂ ਕੁਛ ਵੀ ਲਿਆ ਸਕਦੇ ਇੱਥੇ, ਸਬਜ਼ੀਆਂ ਦਾਲਾਂ ਓਇਲ ਵਗੈਰਾ ਹਰੀਆਂ ਸਬਜ਼ੀਆਂ, ਮੇਨ ਕਹਿੰਦੇ ਕਿ ਹਰੀਆਂ ਸਬਜ਼ੀਆਂ ਲੈ ਕੇ ਆਉਣ। ਬਹੁਤ ਹੀ ਸਾਫ਼ ਸੁਥਰਾ ਕਿਚਨ ਆ, ਇਸ ਸਾਈਡ 'ਤੇ ਸਬਜ਼ੀਆਂ ਦੇ ਧੋਣ ਦਾ ਬਣਾਇਆ ਹੋਇਆ, ਮਤਲਬ ਬਹੁਤ ਹੀ ਜ਼ਿਆਦਾ ਸਾਫ਼ ਸਫਾਈ ਰੱਖੀ ਹੋਈ ਆ ਇੱਥੇ। ਗੁਰਦੁਆਰਾ ਸਾਹਿਬ ਦਾ ਇਨਫਰਾਸਟ੍ਰਕਚਰ ਬਹੁਤ ਹੀ ਸੋਹਣਾ ਬਣਾਇਆ ਹੋਇਆ। ਮਾਰਬਲਸ ਵਗੈਰਾ ਜੋ ਵੀ ਇਹਨਾਂ ਨੇ ਕੰਮ ਕੀਤਾ ਹੋਇਆ ਸੀਗੀ, ਬਾਅਦ ਵਿੱਚ ਆ ਸਾਰੀ ਕੰਸਟਰਕਸ਼ਨ ਕੀਤੀ ਜੋ ਕਰਤਾਰਪੁਰ ਕੋਰੀਡੋਰ ਬਣਿਆ। ਸਿਰਫ ਦਰਬਾਰ ਸਾਹਿਬ ਹੀ ਸੀ, ਅਤੇ ਹੁਣ ਮੈਂ ਤੁਹਾਨੂੰ ਦਿਖਾਵਾਂਗਾ ਜੀ ਖੂਹ ਜਿੱਥੋਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਦਾ ਖੂਹ ਹੈ, ਅਤੇ ਗੁਰੂ ਨਾਨਕ ਦੇਵ ਜੀ ਇੱਥੇ ਇੱਥੋਂ ਦੇ ਪਾਣੀ ਦੀ ਵਰਤੋਂ ਕਰਦੇ ਸੀ। Thank you.
ਜੋਤੀ ਜੋਤ ਸਮਾਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਫੁੱਲ ਸੀ ਉਹਨਾਂ ਨੂੰ ਦੋ ਹਿੱਸਿਆਂ 'ਚ ਵੰਡ ਲਿਆ ਗਿਆ ਸੀ ਅਤੇ ਇੱਕ ਉਸ ਸਮੇਂ ਦੇ ਹਿੰਦੂ ਭਾਈਚਾਰੇ ਉਹਨਾਂ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀਗਾ ਅਤੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਸੀ ਉਹਨਾਂ ਨੇ ਉਹਨਾਂ ਨੂੰ ਇੱਥੇ ਦਫਨਾ ਦਿੱਤਾ ਸੀਗਾ ਫੁੱਲਾਂ ਨੂੰ। ਇਹ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਬਣਾਈ ਹੋਈ ਹੈ, ਇੱਥੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਫੁੱਲਾਂ ਨੂੰ ਦਫਨਾਇਆ ਸੀਗਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ। ਅਤੇ ਅੰਦਰ ਮੈਂ ਦਿਖਾਉਂਦਾ ਉੱਥੇ ਉਹਨਾਂ ਦੇ ਜਿਹੜੇ ਬਾਕੀ ਸੀਗੇ ਅਤੇ ਉਹਨਾਂ ਨੂੰ ਅੰਤਿਮ ਸੰਸਕਾਰ ਕੀਤਾ ਸੀਗਾ। ਜਿਸ ਜਗ੍ਹਾ 'ਤੇ ਖੜ੍ਹਾ ਉੱਥੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਇੱਥੇ ਇਨੋਗ੍ਰੇਸ਼ਨ ਸੈਰਮਨੀ ਕੀਤੀ ਸੀਗੀ। ਅਤੇ ਜੇ ਆਪਾਂ ਇੱਥੇ ਲੈਫਟ ਸਾਈਡ 'ਤੇ ਦੇਖੀਏ ਇੱਥੇ ਸਾਰੇ ਬਾਗ ਆ ਅਤੇ ਖੇਤ ਆ ਗੁਰੂ ਨਾਨਕ ਦੇਵ ਜੀ ਦੇ, ਜਿੱਥੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸੀ ਅਤੇ ਹਜੇ ਵੀ ਇੱਥੇ ਖੇਤੀ ਕੀਤੀ ਜਾਂਦੀ ਹੈ। ਅਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਖੰਡਾ ਸਾਹਿਬ ਬਣਾਇਆ ਹੋਇਆ। ਅਤੇ ਇਸ ਤੋਂ ਪਿੱਛੇ ਜੇ ਆਪਾਂ ਉਸ ਸਾਈਡ ਜਾਈਏ ਉਸ ਸਾਈਡ ਇੰਡੀਆ, ਬਾਕੀ ਇਸ ਸਾਈਡ ਪਾਕਿਸਤਾਨ ਆ ਜੀ। ਉਸ ਤੋਂ ਬਾਅਦ ਇੱਥੇ ਇੱਕ ਅੰਦਰ ਮਿਊਜ਼ੀਅਮ ਵੀ ਬਣਾਇਆ ਹੋਇਆ। ਇੱਥੇ ਤੁਹਾਨੂੰ ਸਾਰੀਆਂ ਸਿੱਖੀਜ਼ਮ ਰਿਲੇਟਡ ਪੇਂਟਿੰਗਸ ਮਿਲ ਜਾਊਗੀਆਂ। ਕੁਛ ਫੋਟੋਗ੍ਰਾਫਸ ਆ, ਕੁਛ ਪੇਂਟਿੰਗਸ ਆ। ਗੁਰੂ ਨਾਨਕ ਦੇਵ ਜੀ, ਮਹਾਰਾਜਾ ਰਣਜੀਤ ਸਿੰਘ, ਗੁਰੂ ਤੇਗ ਬਹਾਦਰ ਜੀ, ਵੱਖ ਵੱਖ ਗੁਰੂਆਂ ਦੇ ਤੁਹਾਨੂੰ ਇੱਥੇ ਪਿੰਡ ਜਣਗੀਆਂ ਦੇਖਣ ਨੂੰ। ਅਤੇ ਵੈਸੇ ਤਾਂ ਹਰ ਦਿਨ ਬਾਬੇ ਦਾ ਦਿਨ ਹੁੰਦਾ, ਬਟ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਨਾ ਇੱਥੇ, ਅਤੇ ਤੁਸੀਂ ਕੋਈ ਇੱਦਾਂ ਦੇ ਦਿਨ ਆਵੇ ਜਦੋਂ
ਠੰਡ ਹੋਵੇ, ਜਿੱਦਾਂ ਵੈਦਰ ਠੀਕ ਹੋਵੇ, ਉਸੇ ਦਿਨ ਹੀ ਵਿਜ਼ਿਟ ਕਰੋ, ਕਿਉਂਕਿ ਫਿਰ ਹੀ ਚੰਗੀ ਤਰ੍ਹਾਂ ਇੱਥੇ ਦਰਸ਼ਨ ਹੁੰਦੇ ਆ, ਘੁੰਮ ਸਕਦੇ ਹਾਂ ਆਲੇ ਦੁਆਲੇ, ਕਿਉਂਕਿ ਗਰਮੀ 'ਚ ਇਹਨੇ ਤਾਂ ਗਰਮੀ 'ਚ ਬਹੁਤ ਬੁਰਾ ਹਾਲ ਹੋ ਜਾਂਦਾ ਵਾ। ਪਹਿਲਾਂ ਤਾਂ ਜੋ ਸੀਗਾ ਮੋਰਨਿੰਗ ਵੈਦਰ ਠੀਕ ਸੀਗਾ, ਬਟ ਹੁਣ ਧੁੱਪ ਨਿਕਲ ਆਈ ਆ ਅਤੇ ਹੁਣ ਮਤਲਬ ਫਰਸ਼ ਬਹੁਤ ਤਪਦਾ ਇੱਥੇ ਦਾ, ਜਿਹੜੇ ਇੱਥੇ ਦੀਆਂ ਪੱਥਰ ਲਗਾਇਆ ਹੋਇਆ ਨਾ ਉੱਥੇ ਪੈਰ ਨਹੀਂ ਰੱਖ ਹੁੰਦਾ, ਫਿਰ ਵੀ ਉਹਨਾਂ ਨੇ ਕੁਛ ਇੰਤਜ਼ਾਮ ਰੱਖੇ ਹੋਏ ਆ ਪਾਣੀ ਲਈ, ਮੈਟ ਵਿਛਾਏ ਹੋਏ ਆ, ਉਹਨਾਂ ਨੂੰ ਗਿੱਲਾ ਕਰਦੇ ਰਹਿੰਦੇ ਆ। ਗੁਰਦੁਆਰਾ ਸਾਹਿਬ ਦਾ ਜਿਹੜਾ ਸਾਰਾ ਏਰੀਆ ਇਨਕਲੂਡਿੰਗ ਇੱਥੇ ਦੇ ਜਿਹੜੇ ਖੇਤ ਆ ਉਹ 500 ਤੋਂ ਜ਼ਿਆਦਾ ਏਕੜ 'ਤੇ ਇੱਥੇ ਹੈਗੇ ਆ, ਮੌਜੂਦ ਆ ਜੀ। ਹੁਣ ਅਸੀਂ ਜਾ ਰਹੇ ਹਾਂ ਜੀ ਬਾਜ਼ਾਰ ਵੱਲ, ਅਤੇ ਜਿਹੜੇ ਲੋਕ ਪਾਕਿਸਤਾਨ ਸਾਈਡ ਤੋਂ ਆਉਂਦੇ ਹੋਏ ਇਸ ਸਾਈਡ ਤੋਂ ਆਉਂਦੇ ਆ, ਇੱਥੋਂ ਉਹਨਾਂ ਦਾ ਸਿਕਿਉਰਿਟੀ ਵਗੈਰਾ 'ਚੋਂ ਲੰਘ ਕੇ ਆਉਂਦੇ ਆ, ਇਹਨਾਂ ਨੂੰ ਵੀਜ਼ਾ ਵਗੈਰਾ ਲੈਣ ਦੀ ਲੋੜ ਨਹੀਂ ਹੈ, ਬਸ ਉਹਨਾਂ ਦਾ ਟਿਕਟ ਹੋਣੀ ਆ 500 ਰੁਪਏ, ਬਾਕੀ ਪ੍ਰਾਈਜ਼ ਮੈਨੂੰ ਐਗਜੈਕਟਲੀ ਪਤਾ ਨਹੀਂ ਆ, ਇਹ ਉਸੇ ਟਾਈਮ ਕਰਵਾ ਕੇ ਆ ਸਕਦੇ ਆ। ਅੱਗੇ ਨਾਲੋਂ ਕਾਫ਼ੀ ਜਿੱਦਾਂ ਇੰਪਰੂਵਮੈਂਟ ਹੈਗੀ ਇੱਥੇ ਦੀ, ਗ੍ਰਾਸ ਵਗੈਰਾ ਨਵੀਂ ਲਗਾਈ ਹੋਈ ਆ, ਅਤੇ ਆਹ ਵੀ ਪਹਿਲਾਂ ਨਹੀਂ ਸੀਗਾ, ਤੁਸੀਂ ਮੇਰੀਆਂ ਪੁਰਾਣੀ ਵੀਡੀਓਸ 'ਚ ਜਾ ਕੇ ਦੇਖ ਸਕਦੇ ਹਾਂ। ਇਸ ਵਾਰ ਇੱਕ ਨਿਊ ਸਟੈਚੂ ਇੰਸਟਾਲ ਕੀਤਾ ਮਹਾਰਾਜਾ ਰਣਜੀਤ ਸਿੰਘ ਦਾ, ਕੋਲ ਜਾ ਕੇ ਤੁਹਾਨੂੰ ਦਿਖਾਉਣਾ। ਇਹ ਹੈਗੀ ਇੱਥੇ ਦੀ ਮਾਰਕੀਟ, ਕੱਪੜੇ ਲੈ ਕੇ ਜਾ ਸਕਦੇ ਹਾਂ, ਅਤੇ ਉਹਨਾਂ ਨੇ ਡਰਾਈ ਫਰੂਟ ਮਨਾ ਕੀਤਾ, ਮਠਿਆਈ ਕਹਿੰਦੇ ਲੈ ਕੇ ਆ ਸਕਦੇ ਹਾਂ, ਉੱਥੇ ਦੀ ਮਿੱਟੀ ਨਹੀਂ ਲੈ ਕੇ ਆ ਸਕਦੇ ਹਾਂ। ਇੰਡੀਆ 'ਚ ਸਿਕਿਉਰਿਟੀ ਗਾਰਡ ਨੇ ਸਪੈਸ਼ਲੀ ਕਿਹਾ ਹੋਇਆ ਕਿ ਇੱਥੇ ਦੀ ਕਰੰਸੀ ਨਹੀਂ ਲੈ ਕੇ ਆਉਣੀ, ਨਾ ਮਿੱਟੀ ਲੈ ਕੇ ਜਾਣੀ ਹੈ, ਮਿੱਟੀ ਚਲੋ ਮੈਂ ਫਸਟ ਟਾਈਮ ਆਇਆ ਤੁਸੀਂ ਲੈ ਗਿਆ ਸੀ, ਕਰੰਸੀ ਮਨਾ ਕਰਦੇ ਕਿ ਕਰੰਸੀ ਇੱਥੇ ਦੀ ਲੈ ਕੇ ਨਹੀਂ ਆਉਣੀ, ਜਿਹੜੀ ਵੀ ਕਰੰਸੀ ਤੜਾਈ ਹੈ ਉਹ ਯੂਜ਼ ਕਰ ਲਾਂਗੇ, ਬਾਕੀ ਉੱਥੇ ਫਿਰ ਚੇਂਜ ਕਰਾ ਕੇ ਇੰਡੀਅਨ ਰੁਪੀਸ ਲੈ ਲਵਾਂਗੇ। 200 ਰੁਪਏ ਦੀ ਆਈਸਕ੍ਰੀਮ ਲਿਖਿਆ 99 ਆ, ਮਹਿੰਗਾ ਇੱਥੇ ਆ ਦੇਖੋ 99 ਲਿਖਿਆ, ਉਹਦਾ ਵੀ ਦੇਖੋ 60 ਰੁਪਏ ਆ, ਉਹ ਵੀ 3 ਗੁਣਾ ਇੰਡੀਅਨ ਰੁਪੀਸ। ਆਹ ਚੀਜ਼ ਉਹਨਾਂ ਨੇ ਡਿਫਰੈਂਟ ਆ, ਸਪਰਾਈਟ ਮਿੰਟ ਫਲੇਵਰ ਇੰਡੀਆ 'ਚ ਹੈ ਨਹੀਂ ਆ, ਇਹ ਮੈਨੂੰ ਸਹੀ ਲੱਗੀ ਇੱਥੇ ਦੀ ਚੀਜ਼, ਅਤੇ ਵੈਸੇ ਤਾਂ ਬਾਹਰ ਕਹਿੰਦੇ 70 ਰੁਪਏ ਆ, ਉਹੀ ਇੰਡੀਆ ਦੇ 20 ਰੁਪਏ ਆ, ਇੱਥੇ 200 ਦੀ ਦੇ ਰਹੇ ਆ, 200 ਉਹੀ ਇੰਡੀਆ ਦਾ 70 ਕੁ ਰੁਪਏ ਦੀ, ਇੰਡੀਆ ਦੇ 60-70 ਰੁਪਏ ਦੀ ਕਰੀਬ, ਇੱਥੇ ਉਹੀ ਆ ਤੁਹਾਨੂੰ ਜਿੱਦਾਂ ਦੱਸਿਆ, ਰੇਟ ਜ਼ਿਆਦਾ ਵਾ ਦੁਕਾਨਾਂ ਦੇ 1 ਲੱਖ ਤੋਂ ਉੱਪਰ ਉੱਪਰ, ਉਸ ਹਿਸਾਬ ਨਾਲ ਇਹ ਕਰਦੇ ਆ। ਬਾਕੀ ਫਲੇਵਰ ਬਹੁਤ ਘੈਂਟ ਆ ਇਹ ਮਿੰਟ ਫਲੇਵਰ। ਇੱਥੋਂ ਦੇ ਇੱਕ ਦੁਕਾਨਦਾਰ ਨਾਲ ਮੇਰੀ ਗੱਲ ਹੋਈ ਸੀ, ਅਤੇ ਉਹ ਕਹਿੰਦਾ ਕਿ ਗੁਰਦੁਆਰਾ ਸਾਹਿਬ ਦਾ ਸਿਰਫ ਇੱਕ ਵਿੱਚੋਂ ਚੌਥਾ ਹਿੱਸਾ ਹੀ ਹਜੇ ਬਣਿਆ, ਅਤੇ ਬਾਕੀ 3 ਹਿੱਸੇ ਹਜੇ ਬਣਨੇ ਆ। ਉਹ ਇਹੀ ਕਹਿ ਰਿਹਾ ਸੀ ਕਿ ਇੱਧਰਲੀ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਨੂੰ ਕਿਹਾ ਕਿ 1 ਦਿਨ ਦਾ ਵੀਜ਼ਾ ਦਿਓ ਜਿਹਦੇ ਵਿੱਚ ਸ਼ਰਧਾਲੂ ਰਾਤ ਨੂੰ ਵੀ ਰੁਕ ਸਕਣ, ਕਿਉਂਕਿ ਇੱਥੇ ਰੂਮਸ ਅਵੇਲੇਬਲ ਹੈਗੇ ਆ, ਉਸ ਅਕੋਰਡਿੰਗ ਉਹਨਾਂ ਨੇ ਬਿਲਡਿੰਗਸ ਵੀ ਹਜੇ ਤਿਆਰ ਕਰਨੀਆਂ, ਉਹ 3 ਹਿੱਸਾ ਹਜੇ ਉਹ ਤਿਆਰ ਨਹੀਂ ਕਰ ਰਹੇ ਆ, ਕਿਉਂਕਿ ਜਿਹੜੀ ਇੰਡੀਅਨ ਗਵਰਨਮੈਂਟ ਆ ਉਹਨੇ ਹਜੇ ਇਸ ਚੀਜ਼ ਲਈ ਮਨਜ਼ੂਰੀ ਨਹੀਂ ਦਿੱਤੀ ਹੈ। ਇਹ ਸਾਰੇ ਮਾਡਲ ਬਣਾਏ ਹੋਏ ਆ ਕਿ ਪੂਰੀ ਬਿਲਡਿੰਗ ਕਿੱਦਾਂ ਕਿੱਦਾਂ ਬਣਨੀ ਆ ਇਨ ਫਿਊਚਰ 'ਚ, ਸਾਰਾ ਦੇਖ ਸਕਦੇ ਹਾਂ ਪੂਰਾ ਹੀ ਗੁਰਦੁਆਰਾ ਸਾਹਿਬ। ਇੱਥੇ ਆ ਨਾ ਇਸ ਟਾਈਮ 'ਚ ਆਹ ਜਗ੍ਹਾ 'ਤੇ ਸਰੋਵਰ ਤੋਂ ਅੱਗੇ ਆਹ ਵਾਲੀ ਜਗ੍ਹਾ 'ਤੇ ਹੁੰਦੀ।
ਇੱਧਰਲੀ ਸਾਈਡ ਕੋਈ ਪਿੰਡ ਪੈਂਦਾ ਵਾ ਅਤੇ ਗੁਰਦੁਆਰੇ ਦੀ ਜਿਹੜੀ ਆ ਹੱਦ ਵਾ ਇੱਥੇ ਤੱਕ ਵਾ। ਉਸ ਤੋਂ ਇਲਾਵਾ ਜਿਹੜੀ ਸਾਰੀ ਇੱਧਰ ਨੂੰ ਤੁਸੀਂ ਦੇਖ ਸਕਦੇ ਹਾਂ 500 ਤੋਂ ਜ਼ਿਆਦਾ ਏਕੜ 'ਚ ਫੈਲਿਆ ਹੋਇਆ। ਇੱਥੇ ਦੀ ਜਿਹੜੀ ਬਿਲਡਿੰਗ ਆ ਅਤੇ ਬਾਕੀ ਖੇਤ ਵਗੈਰਾ ਜੋ ਵੀ ਆ ਨਾ ਉਹ ਸਾਰੇ ਇਸ ਸਾਈਡ ਆ। ਇਸ ਸਾਈਡ ਹੁਣ ਜਿਹੜੇ ਐਕਸਟਰਾ ਪੈਸੇ ਆ ਪਾਕਿਸਤਾਨੀ ਆ ਉੱਥੇ ਵਾਪਸ ਕਰ ਦੇਣੇ ਆ ਕਿਉਂਕਿ ਉੱਥੇ ਜਾਣ ਨਹੀਂ ਦੇਣੇ ਅਤੇ ਸਾਡੇ ਕੋਈ ਕੰਮ ਦੇ ਵੀ ਨਹੀਂ ਹੈਗੇ। ਵੈਸੇ ਜਾਣ ਦਾ ਮਨ ਤਾਂ ਨਹੀਂ ਕਰ ਰਿਹਾ ਪਰ ਜਾਣਾ ਪੈਣਾ ਕਿਉਂਕਿ ਟਾਈਮ ਹੋ ਗਿਆ ਵਾ। ਦੁਬਾਰਾ ਜਲਦੀ ਆਵਾਂਗੇ ਦਰਸ਼ਨ ਕਰਨ। ਅਤੇ ਜੀ ਹੁਣ ਜਾਣ ਦਾ ਹੋ ਗਿਆ ਸਾਡਾ ਸਮਾਂ ਅਤੇ ਮਿਲਦੇ ਹਾਂ ਜੀ ਨੈਕਸਟ ਬਲੌਗ 'ਚ।